ਬਾਈਕ ਪੇ ਕਰਨੀ ਹੈ, ਆ ਜਾਓ। ਔਰ ਆਪਣਾ ਚਾਏ ਵਾਲਾ ਇਹਦੇ ਅੰਦਰ ਚੱਲਦੇ, ਚਾਹ ਜੂ ਪੀਨੇ ਆ, ਗੁੜ ਵਾਲੀ ਮਿਲ ਗਈ ਤਾਂ। ਆਹ ਆਪਣਾ ਸਮਾਨ ਪਿਆ ਸਾਰਾ, ਹੈਲਮਟ ਪਏ ਆ, ਬੈਗ ਪਏ ਆ। ਦੋਸਤੋ ਆਪਾਂ ਈਸਟਵੁੱਡ ਪਹੁੰਚ ਗਏ ਹਾਂ, ਹੁਣ ਚੱਲੇ ਹਾਂ ਆਪਾਂ ਅੰਦਰ। ਅਤੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਐਮ ਕੇ ਐਸ ਮੋਟੋ ਰਾਈਡਰ ਦੇ ਵਿੱਚ। ਅਤੇ ਅੱਜ ਆਪਾਂ ਚੱਲੇ ਹਾਂ ਸੰਡੇ ਦੀ ਰਾਈਡ ਕਰਨ, ਅਤੇ ਮੈਂ ਆਪਣੇ ਪਿੰਡ 'ਚੋਂ ਨਿਕਲ ਚੁੱਕਿਆ, ਅਤੇ ਇਹ ਆਪਣੀ ਮੀਟਅਪ ਰਾਈਡ ਹੈ ਸੰਡੇ ਦੀ। ਟਾਈਮ 10:27 ਹੋ ਗਏ, ਮੈਂ ਥੋੜ੍ਹਾ ਲੇਟ ਹਾਂ। ਅਤੇ ਆਪਣੇ ਰਸਤੇ 'ਚ ਪੈਂਦੇ ਪਿੰਡ ਕੰਗ ਸਾਬੂ ਵਿੱਚ ਪਹੁੰਚ ਚੁੱਕੇ ਹਾਂ ਆਪਾਂ, ਤਾਂ ਬਸ ਇੱਥੋਂ ਬਾਅਦ ਸਿੱਧਾ ਰੋਡ 'ਤੇ ਚੜ੍ਹਾਂਗੇ। ਅਤੇ ਸੱਜੇ ਨੂੰ ਮੁੜ ਕੇ ਸਿੱਧਾ ਮੇਨ ਰੋਡ ਹੈ ਨਕੋਦਰ ਰੋਡ, ਨਕੋਦਰ ਜਲੰਧਰ ਰੋਡ, ਅਤੇ ਰਸ਼ ਰੋਡ 'ਤੇ ਬਹੁਤ ਰਹਿੰਦਾ, ਅਤੇ ਦੇਖ ਕੇ ਪਾਰ ਕਰਨਾ ਪੈਣਾ। ਅਤੇ ਪਹਿਲਾਂ ਆਪਾਂ ਇਹਦਾ ਪੋਲਿਊਸ਼ਨ ਦਾ ਕੰਮ ਕਰਾਈਏ। ਅਤੇ ਬੰਦੇ ਸਾਰੇ ਆਪਾਂ ਨੂੰ ਜਾਣਦੇ ਆ, ਕਿਉਂਕਿ ਨੇੜੇ ਦਾ ਪੈਟਰੋਲ ਪੰਪ ਹੈ, ਆਪਣਾ ਆਉਣਾ ਜਾਣਾ ਇੱਧਰ ਲੱਗਿਆ ਰਹਿੰਦਾ। ਹਾਂਜੀ ਮਹਾਰਾਜ, ਕਿੱਦਾਂ, ਠੀਕ ਹੋ? ਆਹ ਰਾਈਡ 'ਤੇ ਚੱਲੇ ਹਾਂ ਦੋਸਤਾਂ ਨਾਲ, ਇਹਦਾ ਪੋਲਿਊਸ਼ਨ ਕਰਨਾ ਯਾਰ, ਪੋਲਿਊਸ਼ਨ ਕਰਦੇ ਵੀਰੇ ਇਹਦਾ। ਕਿੱਦਾਂ, ਠੀਕ ਹੈ? ਹਾਂ ਰਾਈਡ 'ਤੇ ਚੱਲੇ ਹਾਂ। ਅਤੇ ਚਲੋ ਦੋਸਤੋ, ਆਪਣਾ ਪੋਲਿਊਸ਼ਨ ਤਾਂ ਹੋ ਗਿਆ। ਠੰਡ ਅੱਜ ਬਹੁਤ ਜ਼ਿਆਦਾ ਹੈ, ਅਤੇ ਚਲੋ ਇੱਥੋਂ ਆਪਾਂ ਰਾਈਡ ਲੈ ਲੈਂਦੇ ਹਾਂ, ਸਿੱਧਾ ਆਪਣਾ ਜਲੰਧਰ ਬਾਈਪਾਸ ਨਿਕਲ ਜਾਂਦਾ ਅਰਬਨ ਸਟੇਟ ਦੇ ਕੋਲ। ਬਾਕੀ ਹੈਲਮਟ ਦੇ ਮੂਹਰੇ ਫੋਗ ਜੰਮਦੀ ਪਈ ਹੈ, ਅਤੇ ਥੋੜ੍ਹੀ ਦਿੱਕਤ ਆ ਰਹੀ ਮੈਨੂੰ, ਇਹਨੂੰ ਖੋਲ੍ਹ ਲੈਂਦੇ ਆਪਾਂ ਥੋੜ੍ਹਾ। ਅਤੇ ਹੁਣ ਹੋ ਚੁੱਕਿਆ ਟਾਈਮ 10:40, ਅਤੇ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਮੈਂ ਜਦੋਂ ਬਾਈਕ ਲਈ ਸੀ ਮੈਨੂੰ ਉਹਦੇ ਨਾਲ ਇਹ ਗਲਵਸ ਮਿਲੇ ਸੀ ਰੋਇਲ ਇਨਫੀਲਡ ਦੇ, ਅਤੇ ਮੇਰੇ ਕੋਲ ਹੋਰ ਵੀ ਗਲਵਸ ਹੈਗੇ ਆ, ਪਰ ਜਦੋਂ ਮੈਂ ਸਰਦੀਆਂ ਨੂੰ ਰਾਈਡ ਕਰਦਾ ਤਾਂ ਉਹਦੇ ਵਿੱਚ ਮੈਨੂੰ ਠੰਡ ਲੱਗਦੀ ਆ, ਅਤੇ ਹੱਥ ਸੁੰਨ ਹੁੰਦੇ ਆ, ਇਹ ਹਾਲੇ ਤੱਕ ਮੇਰੇ ਹੱਥ ਸੁੰਨ ਨਹੀਂ ਹੋਏ। ਸ਼ਾਇਦ ਇਹਦੀ ਕੁਆਲਿਟੀ ਬਹੁਤ ਵਧੀਆ ਆ, ਅਤੇ ਇਸ ਕਰਕੇ ਸ਼ਾਇਦ ਹਜੇ ਤੱਕ ਹੱਥ ਸੁੰਨ ਨਹੀਂ ਹੋਏ, ਨਹੀਂ ਤਾਂ ਮੇਰੇ ਹੱਥ ਇੰਨੀ ਜਲਦੀ ਸੁੰਨ ਹੋ ਜਾਂਦੇ ਉਹਨਾਂ ਗਲਵਸ ਦੇ ਵਿੱਚ। ਅਤੇ ਵਿੰਟਰ ਗਲਵਸ ਮੇਰੇ ਕੋਲ ਹੈ, ਪਰ ਮੇਰਾ ਮਨ ਨਹੀਂ ਕੀਤਾ ਪਾਉਣ ਨੂੰ, ਕਿਉਂਕਿ ਉਹਦੇ ਨਾਲ ਅਨਕੰਫਰਟੇਬਲ ਹੋ ਜਾਂਦਾ ਚਲਾਉਣ ਨੂੰ ਬਾਈਕ। ਅਤੇ ਅੱਜ ਸਾਰਾ ਠੇਠ ਪੰਜਾਬੀ 'ਚ ਹੀ ਚੱਲੂਗਾ, ਮੈਨੂੰ ਕੋਈ ਅਲੱਗ ਹੀ ਵਾਈਬ ਆ ਰਹੀ ਆ ਅੱਜ। ਅਤੇ ਰੋਡ ਇਹ ਬੰਦ ਹੀ ਪਿਆ ਜੇ, ਇਸ ਕਰਕੇ ਥੋੜ੍ਹਾ ਧਿਆਨ ਨਾਲ ਹੀ ਚੱਲਣਾ ਪੈਣਾ, ਕਿਉਂਕਿ ਕਿਤੇ ਰੋਡ ਬਣੀ ਹੋਈ ਆ, ਕਿਤੇ ਬਿਲਕੁਲ ਟੁੱਟੀ ਹੈ, ਅਤੇ ਉਹਦੇ ਕਰਕੇ ਮੈਨੂੰ ਬੜਾ ਆਰਾਮ ਨਾਲ ਚੱਲਣਾ ਪੈਣਾ। ਆਰਾਮ ਨਾਲ ਕੀ ਚੱਲ ਰਿਹਾ, ਮੈਂ ਵੈਸੇ ਸਪੀਡ ਮੇਰੀ 80 ਦੀ ਹੈ, ਇੰਨੀ ਕੁ ਨੋਰਮਲ ਹੈ। ਅਤੇ ਬਾਕੀ ਆਪਾਂ ਅੱਜ ਦੋਸਤਾਂ ਨਾਲ ਬੈਠਾਂਗੇ, ਗੱਪ ਸ਼ੱਪ ਮਾਰਾਂਗੇ, ਅਤੇ ਆਲੇ ਦੁਆਲੇ ਦਾ ਤੁਸੀਂ ਵੈਦਰ ਦੇਖੋ ਕਿੰਨਾ ਘੈਂਟ ਹੋਇਆ ਹੋਇਆ। ਅਤੇ ਇਸ ਟਾਈਮ ਮੈਂ ਸਿਟੀ ਇੰਸਟੀਟਿਊਟ ਤੋਂ ਟੱਪ ਕੇ ਜਲੰਧਰ ਹਾਈਟਸ ਵਾਲੇ ਪਾਸੇ ਜਾ ਰਿਹਾ, ਅਤੇ ਲੋਕ ਅੱਗ ਬਾਲ ਕੇ ਬੈਠੇ ਦੇਖੋ।
ਮੌਸਮ ਅੱਜ ਖੁੱਲ੍ਹਣ ਦਾ ਕੋਈ ਚਾਂਸ ਨਹੀਂ ਹੈ। ਹੁਣ ਆਪਾਂ ਇੱਥੋਂ ਆਪਣੇ ਅੰਕੁਰ ਬਾਈ ਦੇ ਘਰ ਜਾਵਾਂਗੇ ਅਤੇ ਉਹਨਾਂ ਦੇ ਘਰ ਉਹ ਵੇਟ ਕਰਦੇ ਪਏ, ਕਹਿੰਦੇ ਚਾਹ ਬਣਾਈ ਹੋਈ ਆ, ਆਪਾਂ ਚਾਹ ਵਗੈਰਾ ਪੀ ਕੇ ਫਿਰ ਨਿਕਲਾਂਗੇ, ਬਾਕੀ ਜਨਤਾ ਵੀ ਆਪਣੀ ਜਦ ਤੱਕ ਆ ਜਾਏਗੀ। ਅਤੇ ਦੇਖੋ ਜੀ ਬਾਈਕ ਵਾਲੇ ਨੇ ਸਿੱਟਤਾ ਲੇਡੀ ਨੂੰ। ਬਸ ਇੱਥੇ ਲਾ ਦੇਵੇ, ਆਓ ਇਹ ਫਿਰ ਮੈਂ ਲੋਕੇਸ਼ਨ ਲਾਈ ਸੀ ਨਾ। ਓਹੋ ਠੰਡ ਨਹੀਂ, ਨਹੀਂ ਠੀਕ ਹੈ, ਇੰਨੀ ਕੰਫਰਟ ਹੈ, ਕੋਈ ਜ਼ਿਆਦਾ ਨਹੀਂ ਹੈ। ਹੋਰ ਸੁਣਾਓ ਕਿੱਦਾਂ, ਠੀਕ ਹੈ ਸਭ, ਵਧੀਆ ਸਿਹਤ ਠੀਕ ਹੈ? ਚਲੋ ਲੋਕ ਉਹ ਫਿਰ ਵਿੱਚ ਉਹ ਗੋਪਰੋ ਦਾ ਸਮਾਨ ਵਗੈਰਾ ਰੱਖ ਲਈਦਾ। ਦੋਸਤੋ ਕਿੱਦਾਂ, ਸਾਰੇ ਠੀਕ ਹੋ? ਅਤੇ ਆਪਾਂ ਪਹੁੰਚ ਗਏ ਹਾਂ ਅੰਕੁਰ ਵੀਰੇ ਦੇ ਘਰੇ, ਅਤੇ ਇਹ ਦੇਖੋ ਅੰਕੁਰ ਵੀਰਾ, ਇਹ ਆਪਣਾ ਸੁਖਪ੍ਰੀਤ ਆ ਗਿਆ, ਇਹ ਚਾਹ ਦੇ ਕੱਪ ਆ ਗਏ, ਚਾਹ ਪੀ ਕੇ ਹੁਣ ਆਪਾਂ ਰਾਈਡ ਨੂੰ ਨਿਕਲਣ ਲੱਗੇ ਹਾਂ। ਅਤੇ ਚਲੋ ਤਾਂ ਦੋਸਤੋ ਆਪਾਂ ਅੰਕੁਰ ਵੀਰੇ ਦੇ ਘਰੋਂ ਨਿਕਲ ਗਏ ਹਾਂ। ਭਾਅ ਜੀ ਪਿੱਛੇ ਵੀ ਦੇਖੋ ਯਾਰ, ਪਿੱਛੇ ਵੀ ਦੇਖੋ ਕੋਈ ਆ ਰਿਹਾ, ਤੁਹਾਡੇ ਵਿੱਚ ਵੱਜਣਾ ਸੀ ਹੁਣ, ਹੁਣੇ ਬੰਦੇ ਨੇ ਕਾਂਡ ਕਰ ਦੇਣਾ ਸੀ। ਅਤੇ ਸੁਖਪ੍ਰੀਤ ਦੀ ਬਾਈਕ ਦੇ ਅੱਗੇ ਇੱਕਦਮ ਆ ਗਿਆ ਇਹ, ਆਪਾਂ BSF ਚੌਂਕ ਜਲੰਧਰ ਪਹੁੰਚ ਚੁੱਕੇ ਹਾਂ। ਅਤੇ ਹੁਣ ਆਪਾਂ ਪਹੁੰਚਣ ਵਾਲੇ ਹਾਂ PAP ਜਲੰਧਰ। ਤਾਂ ਲਓ ਜੀ ਦੋਸਤ ਆਪਣੇ ਸਾਰੇ ਪਹੁੰਚ ਗਏ, ਭਰਾ ਰਾਈਡਰ। ਹੋਰ ਮਹਾਰਾਜ ਕਿੱਦਾਂ, ਡਾਕਟਰ ਸਾਹਿਬ ਕੀ ਹਾਲ ਚਾਲ ਆ? ਵਧੀਆ ਵਧੀਆ, ਹੋਰ ਕਿੱਦਾਂ, ਵਿਪਨ ਮਰਾ ਕਿੱਦਾਂ, ਠੀਕ ਹੈ? ਹੋਰ ਮਹਾਰਾਜ ਕੀ ਹਾਲ ਜੀ, ਸਿਹਤ ਤਾਂ ਠੀਕ ਹੈ ਜੀ? ਹੋਰ ਲਓ ਵੀ ਆਪਣੇ ਮਿੱਤਰ ਪਿਆਰੇ ਸਾਰੇ ਆ ਗਏ ਆ, ਤੇ ਕੋਈ ਹੋਰ ਵੀ ਬੰਦੇ ਆ ਰਹੇ ਪਿੱਛੇ? ਚਲੋ ਮਿੱਤਰੋ ਆਪਣੀ ਰਾਈਡ ਸਟਾਰਟ ਹੋ ਚੁੱਕੀ ਆ ਜਲੰਧਰ ਹਵੇਲੀ ਤੋਂ। ਤਾਂ ਇੱਕ ਬੰਦਾ ਆਪਣਾ ਪਿੱਛੇ ਰਹਿ ਗਿਆ ਅਤੇ ਆਪਾਂ ਉਹਦੀ ਵੇਟ ਕਰਦੇ ਹਾਂ, ਕੋਈ ਨਹੀਂ ਆ ਲੈਣ ਦਿਓ, ਠੰਡ ਵੀ ਬਹੁਤ ਹੈ। ਅਤੇ ਇੱਥੋਂ ਆਪਾਂ ਸ਼ਾਇਦ ਪੁਲ ਦੇ ਥੱਲੇ ਹੋਣਾ ਸੀ, ਆਪਾਂ ਹਨੇਰੀ ਬਣਾ ਤੀ ਉੱਪਰ ਦੀ। ਅਤੇ ਇਹ ਸਿੱਧਾ ਰੋਡ ਜਾਂਦਾ ਬਾਈ ਹੁਸ਼ਿਆਰਪੁਰ ਨੂੰ। ਇਹ ਆਪਣੀਆਂ ਸਾਰੀਆਂ ਬਾਈਕਸ ਲੱਗ ਗਈਆਂ, ਹੁਣ ਕਿੱਧਰ ਰੁਕਣਾ ਆਪਾਂ ਡਾਕਟਰ ਸਾਹਿਬ, ਆਪਾਂ ਚੱਲਣਾ ਕਿੱਧਰ, ਇੱਧਰ ਉੱਧਰ? ਇੱਧਰ ਚੱਲਦੇ ਹਾਂ ਮੈਂ ਕਹਿੰਦਾ। ਤੇ ਭਰਾ ਆਪਣੇ ਕਹਿ ਰਹੇ ਉਹ ਦੇਖੋ ਫੋਟੋ ਸਾਹਮਣੇ ਲੱਗੀ ਆ, ਤੇ ਮੈਂ ਕਿਹਾ ਜੇ ਹੁਣ ਇੱਧਰ ਨੂੰ ਹੋ ਤੁਰੇ ਤੇ ਗੋਡੇ ਜੁੜ ਜਾਣੇ ਆ, ਫਾਇਦਾ ਕੁਛ ਨਹੀਂ ਹੈਗਾ, ਤੇ ਠੰਡ ਅੱਗੇ ਬਹੁਤ ਆ। ਹਾਂ ਕਰੋ ਮਹਾਰਾਜ, ਬਾਈਕ ਪੇ ਕਰਨੀ ਹੈ, ਆ ਜਾਓ। ਉਹ ਰੁਕੋ ਯਾਰ, ਮੁੰਡੇ ਨੇ ਫੋਟੋ ਕਰਨੀ ਆ। ਤੋ
ਦੋਸਤੋ ਮੁੰਡੇ ਆਏ ਆਪਣੇ ਕੋਲ, ਕਹਿੰਦੇ ਆਪਾਂ ਫੋਟੋ ਕਰਨੀ ਤੁਹਾਡੇ ਨਾਲ, ਅਤੇ ਆਪਾਂ ਹੁਣ ਕੀ ਨਾਮ ਤੁਹਾਡਾ? ਸ਼ਿਵਾ। ਤੁਹਾਡਾ ਕੀ ਨਾਮ ਹੈ? ਉਹ ਸਾਹਮਣੇ ਨਾ ਮੇਰਾ ਚੈਨਲ ਹੈ, ਯੂਟਿਊਬ ਚੈਨਲ, ਉਸਕੋ ਸਬਸਕ੍ਰਾਈਬ ਕਰਨਾ, ਤੁਹਾਡੀ ਵੀਡੀਓ ਆਏਗੀ ਇਸਮੇ, ਠੀਕ ਹੈ? ਹਾਂ, ਫੋਟੋ ਕਰਨੀ ਮੁੰਡੇ ਨੇ, ਫੋਟੋ ਫੋਟੋ, ਕੋਈ ਗੱਲ ਨਹੀਂ। ਦੋਸਤੋ ਆਪਾਂ ਆਪਣਾ ਚੈਨਲ ਸਬਸਕ੍ਰਾਈਬ ਕਰਾ ਰਹੇ ਹਾਂ ਦੋਸਤਾਂ ਕੋਲ, ਇਹ ਛੋਟੇ ਛੋਟੇ ਦੋਸਤ ਆਪਣੇ ਕੋਲ ਆਏ ਆ, ਅਤੇ ਆਲ ਇਹਦੇ 'ਚ ਤੁਹਾਡੀ ਵੀਡੀਓ ਪਾਵਾਂਗੇ, ਅਤੇ ਫੋਟੋ ਖਿੱਚ ਲਏ, ਇਹਨਾਂ ਦਾ ਵੀ ਚੈਨਲ ਹੈ। ਲਓ ਠੀਕ ਹੈ, ਇਹ ਚਲੋ, ਹਾਂ ਹਾਂ ਇਹ ਡਾਲੇਗੇ, ਤੋ ਇਸ ਇਹਦੇ ਅੰਦਰ ਚੱਲਦੇ ਆ ਆਪਣਾ ਚਾਏ ਵਾਲਾ, ਕਿਹਾ ਅੱਗੇ ਕੁਛ ਫਰੈਂਚਾਈਜ਼ ਆਊਟਲੈਟ, ਇਹਦੇ ਅੰਦਰ ਚੱਲਦੇ ਆ, ਚਾਹ ਜੂ ਪੀਂਦੇ ਆ, ਗੁੜ ਵਾਲੀ ਮਿਲ ਗਈ ਤਾਂ। ਅਤੇ ਆਪਾਂ ਅੰਦਰ ਪਹੁੰਚ ਗਏ, ਹੁਣ ਚਾਹ ਦਾ ਔਡਰ ਦੇ ਦਿੱਤਾ, ਅਤੇ ਚਾਹ ਪੀ ਕੇ ਫਿਰ ਆਪਾਂ ਨਿਕਲਣਾ ਕਿਸੇ ਪਾਸੇ, ਜਦ ਤੱਕ ਫੰਕਸ਼ਨ ਕਰਦੇ ਹਾਂ, ਵੀਡੀਓ ਆਪਾਂ ਸ਼ੂਟ ਕਰਾਂਗੇ, ਦਿਖਾਵਾਂਗੇ ਤੁਹਾਨੂੰ, ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਇਹ ਖੜੀਆਂ ਸਾਡੀਆਂ ਰਾਣੀਆਂ ਸਾਹਮਣੇ, ਉਹ ਸਾਹਮਣੇ ਚੱਲਦਾ ਪਿਆ ਰੋਡ, ਮੇਨ ਰੋਡ, ਜਗ੍ਹਾ ਚੰਗੀ, ਟਰਾਲੀਆਂ ਜਾ ਰਹੀਆਂ ਨੇ, ਹਾਂ ਉਹ ਮਾਮਾ ਆ ਗਏ, ਅਸੀਂ ਆਨੰਦ ਲੈ ਰਹੇ ਉੱਤੋਂ, ਰੋਕ ਛੱਡ ਤੇ ਆ ਮਾਮਾ, ਕਿੰਨੇ ਟਰਾਲੀ ਲੈ ਕੇ ਉਹਦੇ, ਤੇ ਅੰਕੁਰ ਵੀਰਾ, ਤੇ ਇਹ ਸੁਖਪ੍ਰੀਤ ਆਪਣਾ, ਆਹ ਆਪਣਾ ਸਮਾਨ ਪਿਆ ਸਾਰਾ, ਹੈਲਮਟ ਪਏ ਆ, ਬੈਗ ਪਏ ਆ। ਤਾਂ ਦੋਸਤੋ ਸਾਡੀ ਬਾਈਕਸ ਦਾ ਫੋਟੋ ਸ਼ੂਟ ਹੋ ਗਿਆ, ਇਹ ਭਾਈ ਸਾਹਿਬ ਨੇ ਸਾਡੀਆਂ ਫੋਟੋਆਂ ਖਿੱਚੀਆਂ, ਅਤੇ ਨਾਲ ਇਹਨਾਂ ਦੇ ਵਾਈਫ ਹੈ ਔਰ ਇਹਨਾਂ ਦੇ ਕੋਈ ਫੈਮਿਲੀ ਮੈਂਬਰਸ ਆ, ਉਹਨਾਂ ਨੇ ਬਾਈਕਸ ਦੇ ਨਾਲ ਫੋਟੋ ਖਿਚਵਾਈ ਹੈ, ਅਤੇ ਬੜੇ ਖੁਸ਼ ਹੋ ਰਹੇ ਸੀ, ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਸਾਨੂੰ ਲੋਕ ਪਸੰਦ ਕਰਦੇ ਆ। ਤੁਹਾਡੀ ਵੀਡੀਓ ਆਊਗੀ ਇਹਦੇ 'ਤੇ, ਹਾਂ ਇਹਨੂੰ ਫੋਲੋ ਕਰਿਓ ਤੁਸੀਂ, ਹਾਂ ਹਾਂ ਵੀਡੀਓ ਆਏਗੀ ਤੁਹਾਡੀ, ਵੀਡੀਓ ਬਣਦੀ ਪਈ। ਓਕੇ ਭਾਅ ਜੀ, ਥੈਂਕ ਯੂ। ਇੱਥੋਂ ਨਿਕਲ ਚੁੱਕੇ ਹਾਂ, ਚਲੋ ਪਿੱਛੇ ਕਰੋ, ਹੋਰ ਯਾਰ ਹਵਾ ਹੋ ਗਈ ਹੋ ਗਈ ਹੋ ਗਈ, ਫੜੋ, ਚਲੋ ਇੰਨਾ ਹੀ ਕੰਮ ਸੀ ਈਸਟਵਰਡ, ਚਲੋ ਗਲਤ ਮੁੜ ਗਏ ਆਪਣੇ ਬੰਦੇ ਸਾਰੇ, ਚਲੋ ਕੋਈ ਗੱਲ ਨਹੀਂ। ਅਤੇ ਹੁਣ ਇਹਨਾਂ ਦਾ ਪਲੈਨ ਬਣਿਆ ਸਾਡੇ ਬੰਦਿਆਂ ਦਾ ਈਸਟਵੁੱਡ ਜਾਣ ਦਾ, ਅਤੇ ਚਲੋ ਕੋਈ ਨਹੀਂ, ਜਿੱਥੇ ਜਾਣਗੇ ਆਪਾਂ ਨਾਲ ਹੀ ਇਹਨਾਂ ਦੇ ਚੱਲਾਂਗੇ। ਮਾਰੋ ਸਰਚ ਨੈੱਟ 'ਤੇ, ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਹਾਂ ਫੋਟੋ ਖਿੱਚ ਲਓ, ਸਬਸਕ੍ਰਾਈਬ ਕਰਿਓ, ਤੁਹਾਡੀ ਵੀਡੀਓ ਪਾਵਾਂਗੇ ਵਿੱਚ, ਕੈਮਰਾ ਚੱਲਦਾ ਪਿਆ, ਹਾਂ ਕੋਈ ਬਾਤ ਨਹੀਂ, ਡਿਊਟੀ ਪਿਓ ਤੋਂ, ਕਹਾਂ ਸੇ ਹੋ? ਦੋਸਤੋ ਆਪਾਂ ਪਹੁੰਚ ਗਏ ਈਸਟਵੁੱਡ, ਅਤੇ ਆਹ ਆਪਣੀਆਂ ਸਾਰੀਆਂ ਬਾਈਕਾਂ ਲੱਗ ਗਈਆਂ,
ਵੀ ਦੋਸਤੋ ਲੈਣਾ ਤਾਂ ਪਤਾ ਨਹੀਂ ਸਾਡੇ ਬੰਦੇ ਨੇ ਕੁਛ ਹੈਗਾ ਕਿ ਨਹੀਂ, ਦਿਮਾਗ ਖਰਾਬ ਕਰਨ ਪਹੁੰਚ ਗਿਆ ਅੰਦਰ, ਆਹ ਦੇਖ ਲਓ ਸਾਹਮਣੇ ਹੀ ਆ, ਅਤੇ ਬਾਕੀ ਕੁਛ ਆਹ ਬੰਦੇ ਆ ਬਾਹਰੋਂ ਨਜ਼ਾਰਾ ਲੈ ਰਹੇ ਉਹਨਾਂ ਦੇ ਅੰਦਰ ਦੀਆਂ ਹਰਕਤਾਂ ਦੇ, ਆਹ ਦੇਖ ਲਓ ਤੁਸੀਂ, ਆਹ ਦੇਖ ਬਸ ਇਹਨਾਂ ਨੇ ਦੇਖਿਓ ਲੈਣਾ ਲੂਣਾ ਕੱਖ ਨਹੀਂ, ਘੁੰਮ ਕੇ ਆ ਜਾਣਾ ਦੇਖਿਓ ਅੰਦਰੋਂ। ਪੁੱਛ ਗਏ ਸੀ ਇੱਦਾਂ ਕਰਨੀ ਜਿੱਦਾਂ ਇਮੀਗ੍ਰੇਸ਼ਨ ਵਾਲੇ ਹੁੰਦੇ, ਪੁੱਛ ਗਏ ਸੀ ਉਹਨਾਂ ਤੋਂ, ਮੈਂ ਕਿਹਾ ਇੱਦਾਂ ਕਰਨੀ ਜਿੱਦਾਂ ਇਮੀਗ੍ਰੇਸ਼ਨ ਵਾਲੇ ਹੁੰਦੇ। ਆਹ ਦੇਖੋ ਕੰਮ ਇੱਥੋਂ ਨਿਬੜ ਗਿਆ, ਅਤੇ ਆਪਾਂ ਹੁਣ ਚੱਲੀਏ ਤਿਆਰੀ ਕਰੀਏ ਘਰ ਦੀ, ਅਤੇ ਬਾਕੀ ਬੰਦੇ ਆਪਣੇ ਰਾਈਡਰ ਸਾਰੇ ਰੈਡੀ ਹੋ ਗਏ ਘਰ ਨੂੰ ਜਾਣ ਨੂੰ, ਅਤੇ ਇੱਥੋਂ ਆਪਾਂ ਆਪਣੇ ਆਪਣੇ ਘਰਾਂ ਨੂੰ ਨਿਕਲ ਜਾਣਾ। ਅਤੇ ਲੋਕ ਦੇਖਦੇ ਸਾਡੇ ਵੱਲ ਇੱਦਾਂ ਜਿੱਦਾਂ ਅਸੀਂ ਕਿਸੇ ਦੂਸਰੀ ਦੁਨੀਆ ਤੋਂ ਆਏ ਹੁੰਦੇ ਹਾਂ, ਅਤੇ ਇੱਕ ਗੱਲੋਂ ਚੰਗਾ ਵੀ ਆ ਵੀ ਸਾਡੇ ਵੱਲ ਦੇਖਦੇ ਆ, ਹੁਣ ਪਤਾ ਨਹੀਂ ਸਾਨੂੰ ਪਸੰਦ ਕਰਦੇ ਆ ਤਾਂ ਦੇਖਦੇ ਆ ਕਿ ਸਾਨੂੰ ਅਜੀਬ ਤਰੀਕੇ ਨਾਲ ਦੇਖ ਰਹੇ ਆ ਵੀ ਬੰਦੇ ਕੌਣ ਆ, ਕਿੱਥੋਂ ਆਏ ਆ, ਕਿੱਦਾਂ ਆਏ ਆ। ਅਤੇ ਦੋਸਤੋ ਜਲੰਧਰ ਈਸਟਵੁੱਡ ਤੋਂ ਆਪਾਂ ਨਿਕਲ ਗਏ ਹਾਂ ਬਾਹਰ, ਹੁਣ ਆਪਾਂ ਲਿੰਕ ਰੋਡ 'ਤੇ ਰੋਂਗ ਸਾਈਡ ਜਾ ਰਹੇ ਹਾਂ, ਅਤੇ ਇੱਥੋਂ ਆਪਾਂ ਰੋਂਗ ਸਾਈਡ ਜਾ ਕੇ ਫਿਰ ਆਪਾਂ ਮੇਨ ਰੋਡ ਤੋਂ ਯੂ ਟਰਨ ਮਾਰ ਲਾਂਗੇ। ਹੁਣ ਇੱਥੋਂ ਆਪਾਂ ਜਾਵਾਂਗੇ PAP, ਫਿਰ ਅਰਬਨ ਸਟੇਟ ਅੰਕੁਰ ਭਾਅ ਜੀ ਨੂੰ ਛੱਡਾਂਗੇ ਘਰ, ਫਿਰ ਉਸ ਤੋਂ ਬਾਅਦ ਆਪਾਂ ਵੀ ਨਿਕਲਾਂਗੇ ਆਪਣੇ ਘਰ ਨੂੰ। ਅਤੇ ਸ਼ੁਕਰੀਆ ਤੁਹਾਡਾ ਵੀਡੀਓ ਨੂੰ ਪੂਰਾ ਵਾਚ ਕਰਨ ਲਈ, ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਅਤੇ ਨਾਲ ਬੈੱਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਪਹੁੰਚ ਜਾਣ, ਅਤੇ ਤੁਸੀਂ ਦੇਖ ਕੇ ਇੰਜੋਏ ਕਰੋ ਘਰ ਤੋਂ ਹੀ। ਤੋ ਚਲੋ ਵੀਰੋ ਸਾਰੇ ਸਪੋਰਟ ਕਰੋ, ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ। ਅਤੇ ਚਲੋ ਬਾਕੀ ਸਭ ਠੀਕ ਠਾਕ ਆ, ਹੁਣ ਇੱਥੇ ਆਪਾਂ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਮਿਲਦੇ ਹਾਂ, ਅਤੇ ਇੱਥੋਂ ਫਿਰ ਸਾਰਿਆਂ ਤੋਂ ਅਲਵਿਦਾ ਲੈਂਦੇ, ਤੁਹਾਡੇ ਤੋਂ ਵੀ ਅਲਵਿਦਾ ਲੈਂਦੇ ਹਾਂ। ਚਲੋ ਠੀਕ ਹੈ ਫਿਰ, ਬਾਏ ਬਾਏ ਸਾਰਿਆਂ ਨੂੰ, ਭਰਾਵਾਂ ਨੂੰ, ਆਹ ਮਿਲਦੇ ਹਾਂ ਫਿਰ, ਠੀਕ ਹੈ ਨਾ, ਠੀਕ ਹੈ, ਚਲੋ। ਅਤੇ ਚਲੋ ਦੋਸਤੋ ਹੁਣ ਆਪਾਂ ਚੱਲੇ ਹਾਂ ਆਪਣੇ ਘਰ ਨੂੰ, ਅਤੇ ਆਉਂਦੇ ਵਾਰ ਵੀ ਉਹੀ ਰਸਤਾ ਸੀ, ਹੁਣ ਜਾਂਦੇ ਵਾਰ ਵੀ ਉਹੀ ਰਸਤਾ, ਇਸ ਕਰਕੇ ਹੁਣ ਮੈਂ ਇਸ ਵਲੋਗ ਨੂੰ ਇੱਥੇ ਐਂਡ ਕਰਦਾ। ਅਤੇ ਅਗਰ ਵੀਡੀਓ ਨੂੰ ਚੰਗੀ ਲੱਗੀ ਵੀਡੀਓ ਤੁਹਾਨੂੰ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਅਤੇ ਦੋ। ਅਤੇ ਚਲੋ ਦੋਸਤੋ ਮਿਲਦੇ ਹਾਂ ਫਿਰ ਆਪਾਂ ਤੁਹਾਨੂੰ ਅਗਲੀ ਰਾਈਡ 'ਤੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਬਾਏ, ਟੇਕ ਕੇਅਰ।